ਤਾਂ ਕਿਸਾਨ ਵੀਰੋ ਅੱਜ ਗੱਲ ਕਰਾਂਗੇ ਆਪਾਂ ਮੁੱਛਲ 1401 1509 ਬਾਸਮਤੀ 1718 ਅਤੇ 1121 ਦੇ ਰੇਟਾਂ ਬਾਰੇ। ਸਭ ਤੋਂ ਪਹਿਲਾਂ ਜਾਣਾਂਗੇ ਅੰਮ੍ਰਿਤਸਰ ਮੰਡੀ ਦੇ ਵਿੱਚ। ਤਾਂ ਦੋਸਤੋ ਅੰਮ੍ਰਿਤਸਰ ਮੰਡੀ ਦੇ ਵਿੱਚ 1509 2825 ਰੁਪਏ ਤੋਂ ਲੈ ਕੇ 2921 ਰੁਪਏ ਤੱਕ ਵਿਕੀ, 1718 ਦਾ ਭਾਅ 2950 ਰੁਪਏ ਤੋਂ ਲੈ ਕੇ 3192 ਰੁਪਏ ਤੱਕ ਰਿਹਾ। ਹੱਥ ਨਾਲ ਝਾੜੀ ਸੀਗੀ ਬਾਸਮਤੀ 1718 ਉਹ 3199 ਰੁਪਏ ਪ੍ਰਤੀ ਕੁਇੰਟਲ ਵਿਕੀ ਆ। ਅਤੇ ਦੋਸਤੋ ਜਿਹੜੀ ਬਾਸਮਤੀ 1121 ਆ ਇਹ 3000 ਰੁਪਏ ਤੋਂ ਲੈ ਕੇ 3200 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਫਾਜ਼ਿਲਕਾ ਮੰਡੀ ਦੇ ਵਿੱਚ। ਤਾਂ ਫਾਜ਼ਿਲਕਾ ਮੰਡੀ ਦੇ ਵਿੱਚ 1509 3063 ਰੁਪਏ ਪ੍ਰਤੀ ਕੁਇੰਟਲ ਵਿਕੀ। ਚੀਕਾ ਮੰਡੀ ਦੇ ਵਿੱਚ 1401 2750 ਰੁਪਏ ਪ੍ਰਤੀ ਕੁਇੰਟਲ ਭਾਅ ਰਿਹਾ। ਤਰਨ ਤਾਰਨ ਮੰਡੀ ਦੇ ਵਿੱਚ 1509 ਦਾ 2750 ਰੁਪਏ ਤੋਂ ਲੈ ਕੇ 2961 ਰੁਪਏ ਪ੍ਰਤੀ ਕੁਇੰਟਲ ਤੱਕ ਰੇਟ ਰਿਹਾ। 1718 ਦਾ 3391 ਤੋਂ 3257 ਰੁਪਏ ਅਤੇ 1121 ਦਾ 3283 ਰੁਪਏ ਪ੍ਰਤੀ ਕੁਇੰਟਲ ਰੇਟ ਰਿਹਾ। ਖਨੌਰੀ ਮੰਡੀ ਦੇ ਵਿੱਚ 1509 3050 ਰੁਪਏ ਪ੍ਰਤੀ ਕੁਇੰਟਲ ਵਿਕੀ। 1718 3380 ਰੁਪਏ ਅਤੇ ਮੁੱਛਲ 1401 2995 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਆ। ਫਿਰ ਫਤਿਹਗੜ੍ਹ ਦੇ ਵਿੱਚ 1509 2900 ਰੁਪਏ, ਬਾਸਮਤੀ 1718 3390 ਰੁਪਏ ਅਤੇ ਬਾਸਮਤੀ ਜਿਹੜੀ 1121 ਆ ਉਹ 3340 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ। ਪਟਿਆਲਾ ਦੇ ਵਿੱਚ ਜਿਹੜੀ 1509 ਆ ਉਹ 2870 ਰੁਪਏ ਤੋਂ ਲੈ ਕੇ 2970 ਰੁਪਏ ਤੱਕ ਅਤੇ ਜਿਹੜੀ ਹੱਥ ਨਾਲ ਝਾੜੀ ਗਈ ਆ ਉਹ 3040 ਰੁਪਏ ਪ੍ਰਤੀ ਕੁਇੰਟਲ ਵਿਕੀ। ਮਲੋੜ ਦੇ ਵਿੱਚ 1718 3151 ਰੁਪਏ, 1121 3051 ਰੁਪਏ ਉਹ ਵਿਕੀ ਆ ਜਿਹਦੀ 25% ਤੱਕ ਨਵੀਂ ਸੀ। ਜਾਖਲ ਦੇ ਵਿੱਚ ਜਿਹੜੀ ਬਾਸਮਤੀ 1509 ਆ ਉਹਦਾ ਰੇਟ 3073 ਰੁਪਏ ਪ੍ਰਤੀ ਕੁਇੰਟਲ ਰਿਹਾ। ਸਮਾਨਾਂ ਦੇ ਵਿੱਚ 1509 ਦਾ 2800 ਰੁਪਏ ਤੋਂ ਲੈ ਕੇ 3045 ਰੁਪਏ, ਬਾਸਮਤੀ 1121 ਦਾ 3050 ਤੋਂ ਲੈ ਕੇ 3195 ਰੁਪਏ ਪ੍ਰਤੀ ਕੁਇੰਟਲ ਰੇਟ ਰਿਹਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਬੁਢਲਾਡਾ ਮੰਡੀ ਦੇ ਵਿੱਚ। 1509 ਆ ਜਿਹੜੀ ਉਹ 2745 ਰੁਪਏ ਤੋਂ ਲੈ ਕੇ 3015 ਰੁਪਏ ਤੱਕ ਵਿਕੀ। 1121 3050 ਤੋਂ 3255 ਰੁਪਏ ਅਤੇ ਲਾਸਟ ਦੇ ਵਿੱਚ ਬਾਸਮਤੀ ਜਿਹੜੀ 1718 ਇਹ 2600 ਰੁਪਏ ਤੋਂ ਲੈ ਕੇ 3365 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਟੋਹਾਣਾ ਮੰਡੀ ਦੇ ਵਿੱਚ। ਤਾਂ ਉੱਥੇ 1509 ਦਾ ਰੇਟ ਆ ਜਿਹੜਾ 3010 ਰੁਪਏ ਰਿਹਾ, ਬਾਸਮਤੀ 1718 ਦਾ 2880 ਰੁਪਏ ਰਿਹਾ ਅਤੇ ਬਾਸਮਤੀ 1121 ਦਾ 3310 ਰੁਪਏ ਪ੍ਰਤੀ ਕੁਇੰਟਲ ਰਿਹਾ। ਅਤੇ ਗੁਹਾਣਾ ਮੰਡੀ ਦੇ ਵਿੱਚ 1509 3961 ਰੁਪਏ ਤੱਕ ਵਿਕੀ। ਜਿਹੜੀ ਹੱਥ ਨਾਲ ਝਾੜੀ ਗਈ ਆ ਉਹ 3061 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ। ਉਸ ਤੋਂ ਬਾਅਦ ਜਿਹੜੀ ਬਾਸਮਤੀ 1121 ਆ ਉਹਦਾ ਰੇਟ 3500 ਰੁਪਏ ਰਿਹਾ ਅਤੇ 1718 ਦਾ 3341 ਰੁਪਏ ਪ੍ਰਤੀ ਕੁਇੰਟਲ ਰਿਹਾ। ਅਤੇ ਨਹਿਲਾ ਮੰਡੀ ਦੇ ਵਿੱਚ 1509 2850 ਰੁਪਏ ਅਤੇ 1121 3400 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ। ਰਤੀਆ ਦੇ ਵਿੱਚ ਜਿਹੜੀ 1401 ਆ ਉਹ 3072 ਰੁਪਏ ਅਤੇ 1509 3000 ਰੁਪਏ ਪ੍ਰਤੀ ਕੁਇੰਟਲ ਉਹ ਵਿਕੀ ਆ ਜਿਹੜੀ ਹੱਥ ਨਾਲ ਝਾੜੀ ਗਈ ਸੀ। ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂਗੇ ਆਪਾਂ ਸਮਾਲਖਾ ਮੰਡੀ ਦੇ ਵਿੱਚ। ਤਾਂ ਉੱਥੇ 1121 3455 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ। ਤਾਂ ਦੋਸਤੋ ਇਹ ਸੀ ਅੱਜ ਦੇ ਬਾਸਮਤੀ 1509 ਮੁੱਛਲ 1401 1718 ਅਤੇ ਬਾਸਮਤੀ 1121 ਦੇ ਰੇਟ।